ਨਮਾਦਨ ਸੱਜਰੀ ਸਵੇਰ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ। ਆ ਜਿਹੜੀ ਤੁਸੀਂ ਦੇਖਦੇ ਆ ਕਣਕ ਮੇਰੀ ਇਹ ਹੈਗੀ ਆ ਸ਼੍ਰੀ ਰਾਮ 272 28 ਅਕਤੂਬਰ ਦੀ ਹਨਾ ਆਪਾਂ ਨੇ ਬੀਜੀ ᱛੀ। ਇਹਦੇ ਫੈਕਟ ਬਹੁਤ ਆ। ਇਹ ਕਣਕ ਨੂੰ ਬਹੁਤ ਜ਼ਿਆਦਾ ਮਿਹਨਤ ਲੱਗੀ ਆ। ਬਹੁਤ ਜ਼ਿਆਦਾ ਜ਼ੋਰ ਲਿਆ ਇਹ ਕਣਕ ਨੇ। ਮੇਰਾ ਹੁਣ ਤੁਹਾਨੂੰ ਦੱਸਦਾ ਜੋਰ ਕਿਉਂ ਇੰਨਾ ਲੱਗ ਗਿਆ ਇਹ ਪਰ ਹਨਾ ਪਹਿਲਾਂ ਤਾਂ ਥੋੜੀ ਜੀ ਸੁੱਕਤੀ ਹੈਨਾ ਗਿੱਲ ਹੈ ਨਹੀਂ ਸੀ ਘੱਟ ਗਿੱਲ ਦੇ ਵਿੱਚ ਬੀਜੀ ਗਈ ਕਣਕ ਤੀ ਤਲੀਆਂ ਦੇ ਵਿੱਚ ਜੰਮ ਗਈ ਕਿਤੇ ਕਿਤੇ ਜੰਮੀ ਨਹੀਂ ਫਿਰ ਇਹਨੂੰ ਅਗੇਤਾ ਪਾਣੀ ਲਾਉਣਾ ਪੈ ਗਿਆ ਠੀਕ ਹੈ ਜੀ ਅਗੇਤਾ ਪਾਣੀ ਲਾ ਕੇ ਇਹ ਹੌਲੀ ਹੌਲੀ ਜੰਮਣ ਲੱਗ ਗਈ ਜਿਹੜੀ ਪਹਿਲਾਂ ਜੰਮੀ ਹੋਈ ਸੀ ਉਹ ਉੱਪਰ ਲੰਘ ਗਈ ਦੂਜੀ ਨੇ ਹਜੇ ਫਟਾਰਾ ਕਰਨਾ ਤਾਂ ਫੇਰੇ ਦੇ ਵਿੱਚ ਰੇ ਦੀ ਸ਼ੁਰੂਆਤ ਹੁੰਦੀ ਆ ਗੁੱਲੀ ਡੰਡੇ ਦਾ ਮੈਨੇਜਮੈਂਟ ਕਰਨ ਵਾਸਤੇ ਗੁੱਲੀ ਡੰਡੇ ਦਾ ਆਪਾਂ ਨੇ ਮੈਨੇਜਮੈਂਟ ਕਰਿਆ ਤਾਂ ਮੈਟਰੀ ਪਾਈ ਤੀ 250 ਗ੍ਰਾਮ ਜੂਰੀਏ ਦੇ ਵਿੱਚ ਡੀਜ਼ਲ ਦੇ ਨਾਲ ਮਿਕਸ ਕਰਕੇ ਰਲਾ ਕੇ ਪਾਈ ਤੀ ਉਹ ਥੋੜੀ ਜੀ ਗਿੱਲ ਘੱਟ ਤੀ ਕਿਉਂਕਿ ਪੂਰਾ ਪੈਰ ਖੁੱਬਦਾ ਚਾਹੀਦਾ ਜਦੋਂ ਆਪਾਂ ਨੇ ਮੈਟਰੀ ਪਾਉਣੀ ਆ ਉਹ ਥੋੜਾ ਜਿਹਾ ਪੈਰ ਖੁੱਬਦਾ ਨਹੀਂ ਤਾਂ ਠੀਕ ਹੈ ਗਿੱਲ ਘੱਟਦੀ ਸਿੱਧੀ ਜੱਟ ਸੌਦੇ ਦੇ ਵਿੱਚ ਉਹ ਮੈਟਰੀ ਨੇ ਆਪਣਾ ਕੰਮ ਨਹੀਂ ਕਰਿਆ ਠੀਕ ਹੈ ਜੀ ਫਿਰ ਆਪਾਂ ਨੇ ਪਾਇਆ ਸਲਫਰ ਹਨਾ ਨਾਲ 5 ਕਿਲੋ ਰੀਜੈਂਟ ਵੀ ਪਾਤੀ ਉਹ ਜੂਰੀਏ ਦੇ ਨਾਲ ਮਿਲੀ ਹੋਈ ਸੀ ਅਬਲਾ ਪਾਉਣ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਜੀ ਜਿੱਥੇ ਪੈਸੇ ਬਚਦੇ ਆ ਬਚਾਓ ਜਿੱਥੇ ਪੈਸੇ ਲਾਉਣੇ ਆ ਉੱਥੇ ਲਾਉਣੇ ਵੀ ਪੈਣੇ ਆ ਫਿਰ ਗੱਲ ਆ ਗਈ ਗੁੱਲੀ ਡੰਡੇ ਦੀ ਗੁੱਲੀ ਡੰਡਾ ਲੋਟ ਨਹੀਂ ਚਾਹੁੰਦਾ ਅਬਲਾ ਘੱਟ ਤਾਂ ਟਾਪਿਕ ਦੇ ਨਾਲ ਇੱਕ ਪੈਕਟ ਦੇ ਨਾਲ ਸਵਾ ਪੈਕਟ ਲੀਡਰ ਦਾ ਮਿਕਸ ਕਰਕੇ ਨਾਲ ਪਾਈ ਆਪਾਂ ਨੇ ਚੌੜੇ ਪੱਤੇ ਵਾਸਤੇ ਬਾਥੂ ਵਾਸਤੇ ਮਥੈਲ ਠੀਕ ਹੈ ਜੀ ਇੱਕ ਪੁੜੀ ਜਿਹੜੀ ਦੀ ਕਾਸਟ ਆ 40 ਰੁਪਏ ਆ ਆਪਾਂ ਨੂੰ 900 ਰੁਪਏ ਦੀ ਠੀਕ ਹੈ ਜੀ ਪੈਗੀ ਲੀਡਰ ਤੇ ਟਾਪਿਕ ਪਹਿਲਾਂ ਆਪਾਂ ਨੂੰ 600 ਰੁਪਏ ਦੀ ਪਈ ਸੀ ਮੈਟਰੀ ਠੀਕ ਹੈ ਜੀ ਤਕਰੀਬਨ 500 600 ਦੀ ਫਿਰ ਮੇਰੇ ਹਿਸਾਬ ਨਾਲ ਆਹ ਤਰੀਕੇ ਅਪਣਾਉਣ ਨਾਲੋਂ ਆਪਾਂ ਪਹਿਲੀ اک ਵੀਰਾ ਕਰਾ ਦਈਏ ਤਾਂ ਆਪਣੇ ਲਈ ਬੈਸਟ ਆ ਕਿਉਂਕਿ ਆਪਣਾ ਕੋਸਟ ਵੀ ਉੱਥੇ ਉਹ ਚਲੇ ਜਾਂਦੀ ਆ 900 ਰੁਪਏ ਇਹ ਚਲੇਗੀ ਦਵਾਈ ਦੀ ਕੋਸਟ ਉਹ ਤੇ ਬਾ ਲੇਬਰ ਲੱਗ ਗਈ ਹੈ ਨਾ 200 ਰੁਪਏ 250 ਰੁਪਏ 11-1200 ਹੋ ਗਿਆ 600 ਰੁਪਏ ਆਪਣਾ ਗੁੱਲੀ ਡੰਡੇ ਦੇ ਵਾਸਤੇ ਸੰਕੋੜਤੀ ਉਹਨੇ ਕੰਮ ਨਹੀਂ ਕਰਿਆ ਤਕਰੀਬਨ 2000-1800 ਹੈ ਨਾ ਆਪਣਾ ਪੈ ਗਿਆ 2500 ਰੁਪਏ 2400 ਰੁਪਏ ਬਨੂ ਕਬੀਰਾ ਮਿਲਦੀ ਹੈ 300 ਰੁਪਏ ਲੇਬਰ ਦਾ ਹੋ ਗਿਆ 2800 2700 ਰੁਪਏ ਹੋ ਗਿਆ ਕਈ ਵੀਰਾਂ ਦੇ ਕਮੈਂਟ ਆਏ ਹਨ ਨਾ ਕਿ ਸਾਡੇ ਏਰੀਆ 'ਚ 2100 ਰੁਪਏ ਬਾਕੀ ਤੁਸੀਂ 바ਰਗੇਨਿੰਗ ਕਰਕੇ ਜਾਂ ਕੋਈ ਵੀ ਸ਼ਾਪ ਲੱਭ ਕੇ ਸਸਤੀ ਪੈਸਟੀਸਾਈਡ ਦੀ ਉੱਥੋਂ ਲਿਆ ਸਕਦੇ ਆ ਠੀਕ ਹੈ ਜੀ ਮੇਰੇ ਹਿਸਾਬ ਨਾਲ ਪਹਿਲਾਂ ਸਪਰੇਅ ਕਰਨ ਦੇ ਬਹੁਤ ਜ਼ਿਆਦਾ ਫਾਇਦੇ ਆ ਫਿਰ ਇਹ ਪੀਲਾਪਣ ਜਾ ਆ ਗਿਆ ਤਾਂ ਹਨਾ ਉੱਪਰ ਦੇ ਪੱਤੇ ਜਲ ਗਏ ਤੇ ਸਟੰਪ ਤੇ ਸੌਰੀ ਟਾਪਿਕ ਤੇ ਲੀਡਰ ਨਾਲ ਫਿਰ ਆਪਾਂ ਨੇ ਜੂਰੀਆ ਦੋ ਥੈਲੇ ਡਬਲ ਮਾਰੇ ਹਨਾ ਤਾਂ ਹੁਣ ਪੂਰਾ ਰੰਗ ਵਧੀਆ ਫੋਟ ਸਾਰਾ ਕੁਝ ਬਰਾਬਰ ਤਕਰੀਬਨ ਤਕਰੀਬਨ ਬਰਾਬਰ ਜੇ ਹੋਗੀ ਇਹ ਗੱਲ ਆ ਇਹਨੇ ਬਹੁਤ ਜ਼ੋਰ ਲਿਆ ਠੀਕ ਆ ਜੀ ਗੱਲ ਮੁੱਕਦੀ ਫੇਰ ਅੱਧਿਕ ਕਨਾਲ ਮੇਰੀ ਠੀਕ ਆ ਉਰੇ ਪਾਣੀ ਤੇ ਬਿਨਾ ਰਹਿ ਗਈ ਸੀ ਦੂਆ ਪਾਣੀ ਲਾਉਣ ਤੇ ਬਿਨਾ ਹੁਣ ਰਾਤ ਮੀਂਹ ਪਿਆ ਬਹੁਤ ਜ਼ਿਆਦਾ ਵਧੀਆ ਹੋ ਗਿਆ ਕਿ ਉਹ ਉਹਨੂੰ ਵੀ ਪਾਣੀ ਲੱਗ ਗਿਆ ਉਹਨੂੰ ਵੀ ਨਮੀ ਆਪਾਂ ਨੂੰ ਕਣਕ ਨੂੰ ਪਾਣੀ ਨਹੀਂ ਚਾਹੀਦਾ ਹੁੰਦਾ ਨਮੀ ਚਾਹੀਦੀ ਹੁੰਦੀ ਆ ਪਾਣੀ ਨਾਲ ਤਾਂ ਕਣਕ ਮਰਦੀ ਆ ਬਾਕੀ ਇੱਕ ਗੱਲ ਹੋਰ ਆ ਕਿ ਥੋੜੀ ਥੋੜੀ ਸਿੱਧੀ ਜੀ ਆ ਨਾ ਅਰ ਫਟਾਰਾ ਬਹੁਤ ਜ਼ਿਆਦਾ ਮਾਰਿਆ ਇਹਨੇ ਤਕਰੀਬਨ 10 15 ਬੂਟੇ ਟਿੱਲਰ ਕਰ ਗਈ ਇਹ ਜਿਹਦੇ ਨਾਲ ਇਹਦੇ ਗਿਰਨ ਦੀ ਸਮੱਸਿਆ ਘਟ ਗਈ ਮੈਂ ਹੋਰ ਦੇਖੀ ਆ ਕਈ ਕਣਕਾਂ ਹਨਾ ਔਰ ਹੁਣੇ ਗਿਰਨ ਲੱਗ ਗਈਆਂ ਉਹ ਜਿੱਥੇ ਸੰਗਣਾ ਬੀਜ ਪਾਇਆ ਕੱਲਾ ਕੱਲਾ ਡੱਕਾ ਖੜਾ ਉਹਨੇ ਤਾਂ ਗਿਰਨਾ ਹੀ ਗਿਰਨਾ ਹੈ ਹੁਣ ਗਿਰ ਜਵੇ ਬਾਅਦ ਚੋਂ ਗਿਰ ਜਵੇ ਜਿੱਦਾਂ ਜਿਹੜੀ ਮਾੜੀ ਮੋਟੀ ਸਿੱਧੀ ਹੋਊਗੀ ਉਹਨੂੰ ਹਵਾ ਵੀ ਪੈਣੀ ਆ ਰੋਸ਼ਨੀ ਵੀ ਪੈਣੀ ਆ ਠੀਕ ਆ ਬਾਕੀ ਝਾੜ ਦਾ ਤੁਹਾਨੂੰ ਜਰੂਰ ਦੱਸਾਂਗੇ ਕਿ ਜੇ ਝਾੜ ਉਹਨਾਂ ਦੇ ਬਰਾਬਰ ਆ ਗਿਆ ਤਾਂ ਐਡਾ ਮੈਟਰ ਨਹੀਂ ਕਰਦਾ ਹੈਗਾ ਕਿ ਹਾਂ ਬੀਜ ਬਹੁਤਾ ਜਿਆਦਾ ਮੈਟਰ ਕਰੇ ਹਨਾ ਕਿ ਹਾਂ ਬਹੁਤਾ ਬੀਜ ਦੇ ਨਾਲ ਬਹੁਤਾ ਝਾੜ ਮਿਲਦਾ ਵੇ ਬਾਕੀ ਜਰੂਰ ਦੱਸਾਂਗੇ ਗੱਲਬਾਤ ਹਨਾ ਬਾਕੀ ਹੋਰ ਵੀ ਦਿਖਾਉਣਾ ਬਾਕੀ ਜਿਹੜੀ ਆ ਤੁਸੀਂ ਉੱਚੀ ਧਲੀ ਦੇਖਦੇ ਆ ਇਹਦੇ ਤੇ ਸੇਮ ਖਰਾਕ ਪਈ ਆ ਸੇਮ ਜ਼ਮੀਨ ਆ ਸੇਮ ਸਾਰਾ ਕੁਝ ਆ ਬਸ ਇਹੀ ਆ ਕਿ ਉਰੇ ਪਾਣੀ ਨਹੀਂ ਲੱਗਿਆ ਪਾਣੀ ਪਹਿਲਾ ਪਾਣੀ ਬਹੁਤ ਜ਼ਿਆਦਾ ਹਨਾ ਉਰੇ ਥੋੜਾ ਜਿਹਾ ਉੱਚਾ ਵੀ ਆ ਔਰ ਪਾਣੀ ਬਹੁਤ ਘੱਟ ਲੱਗਿਆ ਦੂਆ ਪਾਣੀ ਉਰੇ ਲੱਗਿਆ ਹੀ ਨਹੀਂ ਹੈਗਾ ਠੀਕ ਹੈ ਜੀ ਕਿਉਂਕਿ ਲੜ ਪਹਿਲਾਂ ਹੀ ਭੱਜ ਗਈ ਸੀ ਫਿਰ ਮੈਂ ਕਿਹਾ ਡਬਲ ਕਾਨੂੰ ਪਰਣਾ ਹੈ ਨਾ ਹੁਣ ਮੀਂਹ ਪਿਆ ਇਹਦੇ ਚ ਹੁਣ ਦੇਖਿਓ ਕਿੰਨਾ ਫਟਾਰਾ ਕਿੰਨੀ ਜ਼ਿਆਦਾ ਗਰੋਥ ਆ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਕਿ ਪਾਣੀ ਪੂਣੀ ਦੀ ਬਹੁਤੀ ਲੋੜ ਨਹੀਂ ਹੈਗੀ ਠੰਡ ਦੇ ਵਿੱਚ ਗਰਮੀ ਦੇ ਵਿੱਚ ਜਾ ਕੇ ਇੱਕ ਪਾਣੀ ਲਾ ਲਿਓ ਤੁਸੀਂ ਬਾਅਦ ਵਿੱਚ ਪਰ ਹੁਣ ਤਕਰੀਬਨ ਹੁਣ ਕੋਈ ਪਾਣੀ ਦੀ ਲੋੜ ਨਹੀਂ ਦੇਖੋ ਦੂਈ ਕਣਕ ਨਾਲ ਉਹ ਲਹਿਦੀ ਉਹ ਦਿਖਦੀ ਹੈ ਜਿੱਥੇ ਪਾਣੀ ਨਹੀਂ ਲੱਗਿਆ ਜਿੱਥੇ ਪਾਣੀ ਜ਼ਿਆਦਾ ਲੱਗ ਜਾਂਦਾ ਉੱਥੇ ਤਾਂ ਬਹੁਤ ਜ਼ਿਆਦਾ ਦਬਦੀ ਐ ਇਹ ਕਣਕ ਦੇਖੋ ਇੱਕ ਵਾਰ ਤਾਂ ਐ ਹੋ ਗਿਆ ਤਾਂ ਕਿ ਯਾਰ ਉਹਦੇ ਕਣਕ ਹੋ ਜੂਗੀ ਪਰ ਉਹ ਬਾਬੇ ਨੇ ਕਿਰਪਾ ਕਰੀ ਹਨ ਬਾਹ ਫੜੀਏ ਬਾਕੀ ਮਿਹਨਤ ਕਰਨਾ ਆਪਣਾ ਫਰਜ਼ ਆ ਆਪਣਾ ਧਰਮ ਆ ਮਿਹਨਤ ਕਰਦੇ ਰਹੋ ਜਰੂਰ ਆਪਾਂ ਨੂੰ ਫਲ ਮਿਲਦਾ ਹੀ ਮਿਲਦਾ ਆ ਮੈਂ ਹੁਣ 5 ਗੇੜੇ ਲਾਏ ਆ ਇੱਕ ਦਿਨ ਮੋਟਰਸਾਈਕਲ ਪਰ ਦੋ ਦੋ ਥੈਲੇ ਜੂਰੀਏ ਦੇ ਲਿਆ ਕੇ ਹਨਾ ਖੜਾ ਕੇ ਉਰੇ ਨਾਲੇ ਵਿੱਚ ਕੱਖ ਖੁਪਾਈ ਗਿਆ ਡੰਗਰਾਂ ਨੂੰ ਰੋਟੀ ਪਾਣੀ ਵੀ ਹਨਾ ਖਾਦਾ ਘਰਾਂ ਜਾ ਕੇ ਔਰੇ ਤਕਰੀਬਨ ਆ ਮੋਟਰ ਪਰ 10 ਥੈਲੇ ਪਾਇ ਇੱਕ ਦਿਨ ਦੇ ਵਿੱਚ ਵਿੱਚ ਲੱਗਦਾ ਮੈਨੂੰ ਸਾਰੀ ਦਿਹਾੜੀ ਗਈ ਮਿਹਨਤ ਦੇ ਨਾਲ ਆਪਾਂ ਕੁਝ ਵੀ ਕਰ ਸਕਦੇ ਆ ਮਿਹਨਤ ਕਰੋ ਮੇਰਾ ਤਾਂ ਇਹੀ ਆ ਸਕਸੈਸ ਦੀ ਚਾਬੀ ਹੈ ਜਿਹੜੀ ਮਿਹਨਤ ਆ ਠੀਕ ਆ ਜੀ ਮਿਹਨਤ ਕਰੋ ਬਸ ਗੱਲ ਮੁੱਕਦੀ ਇਹ ਆ ਫਲ ਕਿੰਨੀ ਧਿਆਨ ਨਾਲ ਦੋ ਮਿਹਨਤ ਕਰੋ ਬਸ ਇਕੱਲੀ ਬਾਕੀ ਇਹ ਗੱਲ ਆ ਕਿ ਹਾਂ ਜਦੋਂ ਬੰਦਾ ਚੜ੍ਹਾਈ 'ਚ ਹੋ ਜਾਂਦਾ ਸਕਸੈਸ ਹੋ ਜਾਂਦਾ ਹਰੇਕ ਬੰਦਾ ਦੇਖਦਾ ਪਰ ਉਹਦੀ ਮਿਹਨਤ ਕੋਈ ਨਹੀਂ ਦੇਖਦਾ ਹੈਗਾ ਕਿ ਹਾਂ ਬੰਦਾ ਬਾਈ ਇੰਨੀ ਮਿਹਨਤ ਕਰਦਾ ਤਾਂ ਇਹਨੇ ਕਾਮਯਾਬ ਹੋਣੀ ਹੋਣਾ ਤਾਂ ਪਰ ਆਪਣੇ ਉਰੇ ਕਾਮਯਾਬੀ ਦੇਖੀ ਜਾਂਦੀ ਆ ਬੰਦੇ ਦੀ ਸਟਰਗਲ ਤੇ ਮਿਹਨਤ ਨਹੀਂ ਦੇਖੀ ਜਾਂਦੀ ਧੰਨਵਾਦ ਜੀ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਲਵ ਯੂ